ਹੋਰ ਥਾ ਉਹਨੇ ਲਿਖਾ ਮੁਝੇ ਉਹ ਲੈਟਰ ਭੇਜਿਆ ਇਸ ਮਾਫੀ ਮੰਗਨੇ ਆ ਮੈਂ ਵੀ ਕਰੋ ਮਾਫੀ ਮੰਗਣ ਦਾ ਟਾਈਮ ਹੋ ਗਿਆ ਮੈਨੂੰ ਪਤਾ ਉਹਨਾਂ ਆਖਿਆ ਅਸੀਂ ਮਾਫੀ ਮੰਗਦੇ ਹਾਂ ਕਿ ਅਸੀਂ ਵਿਜ਼ਟਰ ਕੋਲ ਨਹੀਂ ਲਿਖਾਵਾਂਗੇ ਤੂੰ ਅਪਲਾਈ ਨਹੀਂ ਕਰ ਸਕਦਾ ਫਿਰ ਮੇਰੀ ਸਟੇ ਹੋ ਗਈ ਲੱਗਾ ਰਿਹਾ ਸਿਲਸਿਲਾ ਚੱਲਦਾ ਰਿਹਾ ਇਹ ਪੂਰੀ ਇੱਕ ਦਾਸਤਾਨ ਹੈ ਲੇਕਿਨ ਬੇਟੇ ਨੇ ਜੋ ਤਵੱਜੋ ਆਪ ਸਭ ਕੀ ਕਰਾਈ ਹੈ ਇਹ ਬਹੁਤ ਜ਼ਰੂਰੀ ਹੈ ਇਹ ਘਰ ਘਰ ਕੀ ਦਾਸਤਾਨ ਹੈ ਔਰ ਨੌਜਵਾਨੋਂ ਕੇ ਲੀਏ ਬਹੁਤ ਜ਼ਰੂਰੀ ਹੈ ਔਰ ਮੈਂ ਇਸਕੋ ਦਾਤ ਦੇਤਾ ਹੂੰ ਇਸਕੋ ਦਾਤ ਦੇਤਾ ਹੂੰ ਕਿਸ ਇਲਾਕੇ ਦਾ ਇਹਦਾ ਜ਼ਿਕਰ ਕੀਤਾ ਨਾ ਚੌਧਰੀ ਮੁਸਰਫ ਸਾਹਿਬ ਨੇ ਇਹ ਯਾਰ ਇਹਨਾਂ ਦਾ ਪਿੰਡ ਬਹੁਤ ਵੱਲ ਚੇਚੀਆਂ ਅੱਗੇ ਲੰਘ ਕੇ ਜਾਈਆਂ ਅਤੇ ਫਿਰ ਸ਼ਾਬਦੀ ਆ ਆਉਂਦਾ ਵੇ ਸ਼ਾਬਦੀ ਆ ਦਾ ਹੁਸੈਨ ਸੀ ਇੱਕ ਉਹਨੇ ਕੁਛ 27 ਕਤਲ ਕੀਤੇ ਸਨ ਕਿੰਨੇ ਫਿਰ ਵੀ ਬਰੀ ਹੋ ਗਿਆ ਸੀ ਸਾਡੇ ਪੀਰ ਹਮਦੀ ਸ਼ਾਹ ਸਾਹਿਬ ਗਏ ਜੇਲ੍ਹ ਵਿੱਚ ਮਿਲਣ ਵਾਸਤੇ ਉਹਦੇ ਅਤੇ ਨਾਲ ਇਹ ਰਾਜ ਬੋਕਲ ਬੋਕਲ ਪਿੰਡ ਉਸਦੇ ਪੀਰ ਸ਼ੇਰ ਸ਼ਾਹ ਸਾਹਿਬ ਸਨ ਉਹ ਵੀ ਗਏ ਦੋਵੇਂ ਸਹੀ ਮਿਲਣ ਵਾਸਤੇ ਗਏ ਅਹਿਮਦ ਸ਼ਾਹ ਸਾਹਿਬ ਨੇ ਆਖਿਆ ਭਾਈ ਸੈਨਿਆ ਅੱਲਾ ਤੁਹਾਨੂੰ ਬਰੀ ਕਰੇ ਉਹ ਸਹੀ ਸ਼ਾਹ ਕਹਿਣ ਲੱਗਾ ਅੱਲਾ ਸੈਨਿਆ ਤੁਹਾਨੂੰ 27 ਬੰਦੇ ਤੋਂ ਕਤਲ ਕੀਤੇ ਨੇ ਅੱਲਾ ਤੁਹਾਨੂੰ ਫਾਹੇ ਲਾਏ ਉਹ ਬਾਹਰ ਨਿਕਲੇ ਅਹਿਮਦ ਸ਼ਾਹ ਸਾਹਿਬ ਕਿਹਾ ਸਹੀ ਸ਼ਾਹ ਬੜਾ ਪਾਗਲ ਆਦਮੀ ਹੈ ਬੰਦੇ ਨੂੰ ਹੌਸਲਾ ਦੇਣਾ ਚਾਹੀਦਾ ਉਹਨੇ ਆਖਿਆ ਅਹਿਮਦ ਸ਼ਾਹ ਤੂੰ ਵੀ ਬਾਦਸ਼ਾਹ ਆਦਮੀ ਹੈ ਜੇ ਤੇ ਬਰੀ ਹੋ ਗਿਆ ਤਾਂ ਤੇਰੀ ਕਰਾਮਤ ਫਾਹੇ ਲੱਗ ਗਿਆ ਤੇ ਮੇਰੀ ਕਰਾਮਤ ਕਰਾਮਤ ਤੇ ਘਰ ਵਿੱਚ ਰੋਵੇਗੀ ਨਾ ਇਲਾਕਾ ਜੈਸਾ ਵੀ ਹੋ ਬਰਹਾਲ ਮਿੱਟੀ ਜ਼ਰਖੇਜ਼ ਹੈ ਗੁਜਰਾਤ ਕੀ ਇਸਕੇ ਲੀਏ ਮੈਂ ਕਈ ਘੰਟੇ ਬੋਲ ਸਕਤਾ ਹੂੰ ਲੇਕਿਨ ਕਾਸ਼ਿਫ ਬੇਟੇ ਕੋ ਮੈਂ ਦਾਤ ਦੇਤਾ ਹੂੰ ਇਸਕੀ ਤਾਰੀਫ ਪਰ ਇਸਕੀ ਹਿੰਮਤ ਪਰ ਔਰ ਆਪ ਲੋਗੋ ਕਾ ਸ਼ੁਕਰੀਆ ਅਦਾ ਕਰਤਾ ਹੂੰ ਮੇਰੇ ਸਮੇਤ ਆਪ ਸਭ ਔਰ ਆਪ ਵੀ ਫਿਦਾ ਸਭ ਅੱਲਾ ਸਲਾਮਤ ਰੱਖੇ ਸਭ ਹਬਾਬ ਇਸ ਬੇਟੇ ਕੇ ਹੌਸਲਾ ਅਫਜ਼ਾਈ ਕੇ ਲੀਏ ਆਏ ਹੈ ਮੈਨੇ ਬੇਟਾ ਪੰਜ ਕਿਤਾਬਾਂ ਤੋਂ ਮੇਰੇ ਸਾਹਮਣੇ ਰੱਖੀਆਂ ਨੇ ਉਹਨਾਂ ਪੰਜਾਂ ਦੇ ਪੈਸੇ ਤੋਂ ਮੈਂ ਦੇਣਾ ਮੈਂ ਸਮਝ ਗਿਆ ਪੰਜ ਕਿਤਾਬਾਂ ਤੋਂ ਰੱਖੀਆਂ ਮੇਰੇ ਕੋਲ ਜੀ ਮੇਰਾ ਪੁੱਤਰ ਹੈ ਵੀ ਇੰਨੀ ਅੱਲਾਹ ਆਪਕੋ ਸਲਾਮਤ ਰੱਖੇ ਅੱਲਾਹ ਆਪਕੋ ਸਲਾਮਤ ਰੱਖੇ ਮੁਸਤਫਾ ਬੇਟੇ ਕੋ ਜਜ਼ਾ ਦੇ ਮੇਰਾ ਬੇਟਾ ਹੈ ਮੇਰੀ ਸਾਹਿਬ ਬੜੀ ਮੁਹੱਬਤ ਹੈ ਮੇਰੇ ਪਸਾਤਾ ਰਾਤਾ ਹੈ ਜੇ ਅੱਲਾਹ ਤਾਲਾ ਇਸ ਕੋ ਵੀ ਸਲਾਮਤ ਰੱਖੇ ਕਾਸ਼ ਬੇਟੇ ਕੇ ਲੀਏ ਦੁਆ ਹੈ ਮੇਰੀ ਹਰ ਬੇਟੀ ਕੇ ਲੀਏ ਦੁਆ ਹੈ ਅੱਲਾਹ ਮੇਰੀ ਹਰ ਬੇਟੀ ਕੋ ਆਪ ਵੀ ਅਤਾ ਫਰਮਾਏ ਹਰ ਬਹਿਣ ਕੇ ਲੀਏ ਦੁਆ ਹੈ ਅੱਲਾਹ ਹਰ ਬਹਿਣ ਕੋ ਆਪਣੇ ਘਰ ਕੀ ਖੁਸ਼ੀਆਂ ਅਤਾ ਫਰਮਾਏ ਹਰ ਬਾਈ ਕੇ ਲੀਏ ਹਰ ਬਜ਼ੁਰਗ ਕੇ ਲੀਏ ਦੁਆ ਹੈ ਕਿ ਅੱਲਾਹ ਸਭ ਕੋ ਆਪਣੇ ਬੱਚੋ ਕੀ ਖੁਸ਼ੀਆਂ ਦੇਖਣੀਆਂ ਨਸੀਬ ਫਰਮਾਏ ਔਰ ਬੱਚੋ ਕੋ ਮਾਂ ਬਾਪ ਕੀ ਫਰਮਾ ਬਰਦਾਏ ਨਸੀਬ ਫਰਮਾਏ ਅੱਲਾਹ ਕਾਸ਼ ਬੇਟੇ ਕੋ ਔਰ ਇੱਜ਼ਤ ਅਤਾ ਫਰਮਾਏ ਲਿਖਣੇ ਕੀ ਔਰ ਤੌਫੀਕ ਅਤਾ ਫਰਮਾਏ ਕਿ ਮੇਰੀ ਬੇਟੀ ਮੁਝੇ ਦੁਆ ਕੇ ਲੀਏ ਕਹਿ ਰਹੀ ਸੀ ਕਹਿੰਦੀ ਕੁਝ ਜੁਮਲੇ ਵੀ ਬੋਲੋ ਇਸ ਬੇਟੀ ਕੇ ਲੀਏ ਵੀ ਦੁਆ ਹੈ ਕਿ ਬਹੁਤ ਅੱਛੀ ਸਟੇਜ ਸੈਕਟਰੀ ਹੈ ਇਹ ਅੱਲਾਹ ਤਾਲਾ ਇਸਕੇ ਇਲਮ ਮੇ ਜ਼ੌਕ ਮੇ ਕਫੀਅਤ ਮੇ ਔਰ ਇਸਕੇ ਇਸ ਸਾਈ ਮੇ ਜੋ ਕੰਮ ਕਰ ਰਹੀ ਹੈ ਅੱਲਾਹ ਮੇਰੀ ਇਸ ਬੇਟੀ ਕੋ ਵੀ ਆਬਰੂ ਅਤਾ ਫਰਮਾਏ ਔਰ ਕਾਸ਼ ਬੇਟੇ ਕੇ ਲੀਏ ਫਿਰ ਦੁਆ ਹੈ ਇਸਕੇ ਦਾਦਾ ਮੇਰੇ ਸਾਥ ਰਹੇ ਇਸਕਾ ਅੱਬਾ ਮੇਰੇ ਸਾਥ ਰਹੇ ਇਹ ਬਹੁਤ ਅੱਛਾ ਬੱਚਾ ਹੈ ਔਰ ਆਏ ਸਾਰੇ ਇੱਥੇ ਸਾਰੇ ਡੀਐਮ ਕਾਲਜ ਵੀ ਪੜ੍ਹਨ ਵਾਸਤੇ ਅੱਗੋਂ ਅੱਲਾਹ ਪਾਕ ਨੇ ਫਿਰ ਮਲਕ ਨੂੰ ਵੀ ਜ਼ਿੰਦਗੀ ਦੇ ਅਤੇ ਅੱਲਾਹ ਪਾਕ ਇਹਨਾਂ ਨੂੰ ਵੀ ਜ਼ਿੰਦਗੀ ਦੇ ਜਿਹਨਾਂ ਨੇ ਇਸ ਮੁਲਕ ਵੀ ਡੇਰੇ ਲਾਏ ਨੇ ਅੱਲਾਹ ਕਰੀਮ ਨੇ ਬੱਚਿਆਂ ਨੂੰ ਕਾਮਯਾਬੀ ਆਮੀ ਬਣਾ ਕੇ ਨਾ ਫਿਰ ਦੁਨੀਆ ਅਸਲ ਤੋਂ ਫਿਰ ਬਾਅਦ ਜਾ ਕੇ ਅਸਲ ਤੋਂ ਕਹਿੰਦੇ ਆਜ਼ਾਬ ਨਾ ਵਾਦ ਕੇ ਨਾ ਜਨਤ ਮਾਲ ਅਬਰਾਰ ਯਾ ਅਜ਼ੀਜ਼ ਯਾ ਗਫਾਰ ਯਾ ਰੱਬੁਲ ਆਲਮੀਨ ਕਰੀਮ ਪਰਵਰਦਗਾਰ ਵਤਨੇ ਅਜ਼ੀਜ਼ ਪਾਕਿਸਤਾਨ ਕੋ ਇੱਜ਼ਤ ਵ ਆਬਰੂ ਔਰ ਅਮਨ ਨਸੀਬ ਫਰਮਾ ਇਸ ਵਕਤ ਜੋ ਹਾਲਾਤ ਹੈ ਮੇਰੇ ਮੌਲਾ ਤੂੰ ਕੁਦਰਤ ਕਾਬਲਾ ਰੱਖਣੇ ਵਾਲਾ ਪਰਵਰਦਿਗਾਰ ਹੈ ਔਰ ਮਾਲਕ ਮੁਲਕ ਤੂੰ ਹੈ ਵਤਨ ਪਾਕਿਸਤਾਨ ਕੋ ਮੇਰੇ ਮੌਲਾ ਸ਼ਰ ਸੇ ਮਹਿਫੂਜ਼ ਫਰਮਾ ਔਰ ਮੇਰੀ ਅਫਵਾਜ ਕੋ ਕਾਮਯਾਬੀ ਔਰ ਕਾਮਰਾਨੀ ਅਤਾ ਫਰਮਾ ਫਲਸਤੀਨ ਕੇ ਮੁਸਲਮਾਨੋਂ ਪੇ ਕਰਮ ਫਰਮਾ ਸ਼ਾਮ ਕੇ ਮੁਸਲਮਾਨੋਂ ਪੇ ਕਰਮ ਫਰਮਾ ਇਰਾਕ ਕੇ ਮੁਸਲਮਾਨੋਂ ਪੇ ਕਰਮ ਫਰਮਾ ਅਫਗਾਨਿਸਤਾਨ ਕੇ ਮੁਸਲਮਾਨੋਂ ਪੇ ਕਰਮ ਫਰਮਾ ਇਲਾਹੀ ਇਸ ਮੁਲਕ ਕੋ ਵੀ ਅਮਨ ਕਾ ਗਹਿਵਾਰਾ ਬਣਾ ਹਮਾਰੀ ਬੇਟੀਓ ਕੋ ਆਬੂ ਨਸੀਬ ਫਰਮਾ ਹਰ ਮੇਰੀ ਮਾਂ ਕੋ ਹਰ ਮੇਰੀ ਬੇਟੀ ਕੋ ਮੇਰੀ ਬਹਿਨ ਕੋ ਆਪਣੇ ਘਰ ਕੀ ਆਬੂ ਅਤਾ ਫਰਮਾ ਇਹ ਹਮਾਰੇ ਜੋ ਸ਼ਾਫੀ ਹਜ਼ਰਾਤ ਹੈ ਅੱਲਾਹ ਤਾਲਾ ਇਹਨੇ ਹੱਕ ਲਿਖਣੇ ਕੀ ਹੱਕ ਬੋਲਣੇ ਕੀ ਤੌਫੀਕ ਅਤਾ ਫਰਮਾ ਜਿਤਨੇ ਵੀ ਤਸ਼ਰੀਫ ਲਾਏ ਮੇਰੇ ਮੌਲਾ ਮੁਅੱਜ਼ਜ਼ ਮਹਿਮਾਨ ਤਸ਼ਰੀਫ ਲਾਏ ਇਨ ਕੋ ਮਜ਼ੀਦ ਆਬਰੂ ਅਤਾ ਫਰਮਾ ਫਿਦਾ ਸਾਹਿਬ ਕੇ ਲੀਏ ਦੁਆ ਹੈ ਕਿ ਜੇ ਮੇਰ ਬਣੇ ਹੈ ਸਾਹਮਣੇ ਨਈਮ ਸਾਹਿਬ ਬੈਠੇ ਮੇਰ ਬਣੇ ਅੱਲਾਹ ਆਇਦਾ ਇਹਨੇ ਐਮ ਪੀ ਏ ਬਣਾਏ ਫਿਰ ਵਜ਼ੀਰ ਬਣਾਏ
اللہ تعالیٰ اس ملک کی خدمت کرنے کے لیے توفیق عطا فرمائے. علامہ عظیم جی صاحب ہمارے مدد بھی رہنما بھی ہیں, اللہ ان کو زندگی سے تندرستی درازی عمر عطا فرمائے. صلی اللہ تعالیٰ حبیب ہی محمد ولیہ. ایک دعا کرنی ہے, مسرت کے بھائی ہیں فرض, وہ پاکستان میں ذرا بیمار ہیں, اللہ نے بھی شفا کاملہ عطا فرمائے. اللہ ہر بیمار کو شفا عطا فرمائے, ہر بے اولاد کو اولاد صالح عطا فرمائے, اور ہر صاحب اولاد کو اللہ کریم اپنی اولاد کی خوشیاں دیکھنے نصیب فرمائے. وصلی اللہ تعالیٰ علیہ محمد و علیہ وسلم اجمعین. رحمتہ اللہ.